ਖਲ ਓਏ ਹੋਏ ਹੋਏ ਹੋਏ, ਅੱਲਾ ਕਬੂਲ ਕਰਿਆ ਜੀ, ਹੱਥ ਨਹੀਂ ਟਿਕਣਾ, ਯਕੀਨ ਕਰ ਸੋ, ਬੱਕਰਾ ਹੀ ਆਈ ਕਿਸਮ ਨਾਲ। ਇਹ ਬੱਕਰੀ ਆਉਂਦੀ ਸੀ 45,000 ਨਹੀਂ ਉਸਲੇ 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 ਅੱਛਾ ਸਾਲ ਹੋ ਗਿਆ ਆਉਂਦਿਆਂ ਵਾਂ, ਤੇ ਇਸ ਨਾਲ ਨਾਲ ਇੱਕ ਹੋਰ ਵੀ ਬੱਕਰੀ ਨਹੀਂ ਸੀ ਨਾਲ? ਇੱਕ ਹੋਰ ਸੀ ਨਾ, ਉਹ ਮਰੀ ਗਈ ਸੀ। ਅੱਛਾ ਅੱਛਾ, ਉਹ ਮਰੀ ਗਈ ਸੀ, ਉਸਨੇ 8 ਦਿਨ ਬੱਚੇ ਰਹੇ ਸੀ। ਅੱਛਾ, ਤੇ ਉਹ ਬੱਚੇ ਜਿਹੜੇ ਨੇ ਇਸਨੇ ਵੇਚੇ, ਫਿਰ ਮੈਂ 80,000 ਨਾਲ ਜੋੜਾ ਵੇਚਿਆ। ਵਾਹ ਜੀ, ਤੇ ਇਹ ਨਸਲ ਕਿਹੜੀ ਹੈ? ਇਹ ਰਾਜਨਪੁਰ ਹੈ ਨਸਲ, ਰਾਜਨਪੁਰੀ ਹੈ ਜੀ। ਰਾਜਨਪੁਰੀ ਮਿਕਸ ਹੈ ਜਾਂ ਪਿਓਰ ਤਾਂ ਨਹੀਂ? ਨਾ ਮਿਕਸ ਹੈ, ਮਿਕਸ ਹੈ ਨਾ, ਪਿਓਰ ਵੀ ਪਤਾ ਤੁਸੀਂ ਪਤਾ ਕੀ ਹੈ ਜਿਹੜੀ ਪਿਓਰ? ਹਾਂ, ਇਹ ਮਿਕਸ ਹੈ। ਠੀਕ ਹੈ ਠੀਕ ਹੈ, ਮਿਕਸ ਹੈ ਤੇ ਉੱਥਾਂ ਸੀ ਕਮਜ਼ੋਰ। ਅੱਛਾ, ਇੱਥਾਂ ਖਰਾਕ ਨਾ ਮੈਂ ਉਹ ਛੋੜੋ ਛੜਾਈ ਕਰੋ, ਐਵੇਂ ਕੋਈ ਸਿੰਘ ਭੱਜੀ ਗਿਆ ਨੇ ਤੇ ਕੁਰਬਾਨੀ ਤੂੰ ਵੀ ਦੱਸ ਉਹ ਛੋੜੋ ਛੋੜੋ ਸਰ, ਇਹ ਕੁਰਬਾਨੀ ਨਹੀਂ ਲੱਗਣ। ਸਲਾਮ ਅਲੈਕੁਮ ਜੀ, ਉਮੀਦ ਕਰਦਾ ਹਾਂ ਸਾਰੇ ਠੀਕ ਹੋ। ਸੋ ਵੀਡੀਓ ਕਰਨੇ ਆ ਜੀ ਸ਼ੁਰੂ, ਹੁਣ ਜਿਹੜੇ ਜਨਾਬ ਪਾਣੀ ਲਾਈਏ ਆ ਵਾਂ, ਮੋਟਰ ਆਉਣ ਸਵੇਰੇ ਨਹੀਂ ਤੇ ਜੂਸਾਂ ਪੁੰਨ ਨਾਲ। ਇੱਕ ਸਪੈਸ਼ਲ ਬੰਦੇ ਜਨਾਬ ਫੋਨ ਕੀਤਾ ਸੀ ਕਿ ਮਾੜੀ ਹੈ ਬੱਕਰੀ ਨਹੀਂ ਵੀਡੀਓ ਤੂੰ ਬਣਾਉਣੀ ਹੈ, ਉਹ ਬੱਕਰੀ ਦੇਸਨ ਕੁਰਬਾਨੀ ਤਾਂ ਬੱਕਰੀ ਹੈ ਫੜੀ ਤਾਂ ਬਹੁਤ ਹੀ ਖੂਬਸੂਰਤ ਬੱਕਰੀ ਹੈ ਜਨਾਬ, ਅੱਗੇ ਇੱਕ ਵਾਰੀ ਤੱਕੀ ਹੈ ਮੈਂ ਤੇ ਉਹਨਾਂ ਸਪੈਸ਼ਲ ਆਇਆ ਜੀ ਵੀਡੀਓ ਬਣਾਉਣੀ ਹੈ ਇਸ ਲਈ ਤਾਂ ਸਵੇਰਾ ਸਵੇਰਾ ਮੈਂ ਕਿੰਦਾ ਉਲਾਸ਼ ਨਾ, ਉਹ ਕਿਹੜੀ ਸ਼ਖਸੀਅਤ ਹੈ ਇਹ ਤੁਸੀਂ ਅੱਗੇ ਜਾਈਦਾ ਦੱਸੋ। ਠੀਕ ਹੈ, ਹੁਣ ਜੁਲੇ ਹਾਂ ਐਕ ਅਸੀਂ, ਮੈਂ ਜਾਣਾ ਪਿਆ ਫਿਲਹਾਲ ਮੋਟਰ ਇੱਧਰ ਤਾਂ ਉਹ ਵੀ ਆਉਣੇ, ਮੈਂ ਇੱਧਰ ਕਿੰਦਾ ਉਲਾਸ਼ ਰਹਾਂ, ਮੈਂ ਚਲੋ ਇਹ ਵੀ ਬਿਹਤਰ ਹੋਈਗਾ। ਠੀਕ ਹੈ, ਇਹ ਰੋਡ ਹੈ ਪਰ ਜੀ ਨਵੀਂ ਰੋਡ ਜਿਹੜੀ ਹੈ ਮਾਸ਼ਾਅੱਲਾ, ਤਾਂ ਕੀ ਸਕਣੇ ਹੋ ਅੱਗੋਂ ਧੁੱਪ ਪੈਣੀ, ਉਹ ਤਾਂ ਮੋਟਰਸਾਈਕਲ ਇਤਨੀ ਸਪੀਡਾਂ ਨਾਲ ਜਾਣੇ ਜਿਸ ਰਜਾਜ਼ ਜਾਣਾ, ਇਹ ਤਾਂ ਕੁਝ ਅੱਗੇ ਲੰਘੀ ਗਿਆ ਕੋਲੋਂ ਤੂੜੀ ਤੂੜ ਕਰੀ ਗਿਆ। ਬਹਰਹਾਲ ਜੀ ਚਲੋ ਇਹ ਕੰਮ ਸੈੱਟ ਹੋ ਗਿਆ, ਨਾ ਸਾਈਡਾਂ ਨਾਲ ਵੀ ਮਿੱਟੀ ਪੈ ਗਈ ਹੈ, ਇਹ ਵੀ ਕੰਮ ਮੁੱਕੀ ਆ, ਬਾਕੀ ਹੁਣ ਦੇਖਣੇ ਆ ਜੀ ਉਹਨਾਂ ਨੇ ਬੱਕਰੀ ਅੱਛਾ ਤਾਂ ਫਿਰ ਤੁਸੀਂ ਅੱਗੇ ਗਿਆ ਇਨਸ਼ਾਅੱਲਾ ਦੱਸਾਂ। ਠੀਕ ਹੈ ਜੀ, ਮਾਸ਼ਾਅੱਲਾ ਬੱਕਰੀ ਇਹ ਕੋਈ ਨਿੱਕਾ ਕੁਸਰਾ ਆ ਬਰੋਟਾ, ਕਿਹੜੀ ਬੱਕਰੀ ਨਹੀਂ ਸੁਣਾਇਆ ਸੂਈ ਨਾ ਐ ਬੱਕਰੀ ਹੈ ਜੀ ਮਾਸ਼ਾਅੱਲਾ ਖਲ ਓਏ ਹੋਏ ਹੋਏ ਹੋਏ, ਅੱਲਾ ਕਬੂਲ ਕਰਿਆ ਜੀ, ਹੱਥ ਨਹੀਂ ਟਿਕਣਾ ਯਕੀਨ ਕਰ ਸੋ, ਬੱਕਰਾ ਹੀ ਆਈ ਕਿਸਮ ਨਾਲ, ਇਹ ਚੈੱਕ ਕਰੋ ਖੂਬਸੂਰਤੀ ਚੈੱਕ ਕਰੋ, ਬਾਕੀ ਛੋੜੋ ਐ ਰਹੀ ਹੈ ਥੋੜ੍ਹੀ ਨੁਹਾਲੀ ਨੇ ਕਹਿ ਸਵੇਰਾ ਸਵੇਰਾ ਠੱਡੀ ਠਾਰ ਹੋਈ ਵੀ ਪਤਾ ਲੱਗਣਾ ਠੱਡੀ ਠਾਰ ਇਹ ਵੀ ਅੱਛਾ ਖਲ ਖੱਲੀ ਨਹੀਂ ਨੇਗੀ ਐਰੀ ਬੜੀ ਹੈ ਐ ਤਾਂ ਕੋਈ ਜੀ ਬੱਕਰੀ ਮਾਸ਼ਾਅੱਲਾ। ਠੀਕ ਹੈ ਜੀ, ਸਹੀ ਪੱਲੀ ਪੱਲੇ ਵਿੱਚ ਜਨਾਬ ਕੋਈ ਸ਼ੱਕ ਨਹੀਂ ਇਸਨੇ ਵਿੱਚ, ਸਾਨੂੰ ਨਜ਼ਰ ਅੱਡੀ ਤੱਕ ਨਹੀਂ ਦਿਸਣੀ, ਤੱਕੀ ਸਕਣੇ ਹੋ ਤਾਂ ਮਸਲਾ ਚਾਚੇ ਨਵਾਲੀ ਤਾਂ ਆਉਂਦੀ ਐ ਤੱਕ ਉਹ ਬੀਤਲ ਹੈ। ਠੀਕ ਹੈ, ਕਾਠ ਚੈੱਕ ਕਰੋ ਬੱਕਰੀ ਨਹੀਂ, ਕਾਠੀ ਚੈੱਕ ਕਰੋ, ਛਾਤੀ ਚੈੱਕ ਕਰੋ ਬੱਕਰੀ ਨਹੀਂ, ਆਠੂ ਸੀਨੇ ਨਹੀਂ ਜਗਾਓ ਤਾਂ ਕੁੱਕੀ ਸਰ ਦੀਆਂ ਬੱਕਰੇ ਨਹੀਂ ਆਉਣੀ। ਇਹ ਤਾਂ ਪੰਗ ਵੀ ਨਹੀਂ ਛੋਣੀ ਤੇ ਉਹ ਨਾਲ ਉਹ ਵੀ ਬੂ ਮਾਰਨਾ ਹੀ
ਇਹ ਜਨਾਬ ਬੱਕਰੀ ਜਾਸੀ ਕੁਰਬਾਨੀ ਜੀ, ਠੀਕ ਹੈ ਜੀ, ਚੈੱਕ ਕਰੋ ਹੀ ਹੈ ਜੀ। ਮੈਂ ਨਾ ਪੂਰੀ ਮੰਡੀ ਸਾ ਡਿਟੇਲ 'ਚ ਨਹੀਂ ਲੱਭਣਗੀ, ਇਹ ਮੈਂ ਗਰੰਟੀ ਦੇਣਾ ਆ। ਉਹ ਚਾਚਾ ਵਾਪਸ ਲੱਗੇ ਛਨੇ ਜੀ ਬੱਕਰੀਆਂ ਕੀ ਲੁੰਘ ਛੁੰਘ ਖਵਾ ਲਈ ਤੈ ਚਾਚਾ ਮੀਰ ਅਫਜ਼ਲ। ਇਹ ਬੱਕਰੀ ਪਤਾ ਨਹੀਂ ਪਾਣੀ ਲਾਉਣੀ ਕਹਿ ਲਾਉਣੀ ਇੱਥੇ, ਇਹ ਉਹ ਬੜੀ ਗਈ ਦੇ ਅੰਦਰ, ਇਹ ਲਾਉਣੀ ਪਾਣੀ ਐ ਤੱਕ ਹੁਣ। ਇਹ ਜਾ ਰਹੀਆਂ ਜੀ ਬੱਕਰੀਆਂ ਵਾਪਸ। ਉਹ ਬਿੜੀ ਪੀਆਂ ਜੀ ਬੱਕਰੀਆਂ ਤੱਕੋ, ਚਾਚੇ ਨੇ ਬੱਕਰੀ ਡੱਡੀ ਆਏ ਭਿੰਡੀਆਂ ਤੇ ਓਏ ਹੋਏ ਇਹ ਬੱਕਰੀਆਂ ਤੁਸੀਂ ਡੈਡੀਆਂ ਨੂੰ ਬਸ ਕਰਾਈ ਉੜੀ ਨੇ, ਹੁਣ ਇਸਨੇ ਲੋ ਪੀੜੀ ਪਿਆ। ਉਹ ਛੋੜੋ ਛੁੜਾਈ ਕਿ ਐਵੇਂ ਕੋਈ ਸਿੰਘ ਭੱਜੀ ਗਿਆ ਨੇ ਤੇ ਕੁਰਬਾਨੀ ਤੂੰ ਵੀ ਜਾਸੋ, ਉਹ ਛੋੜੋ ਛੋੜੋ ਸਰ ਕੁਰਬਾਨੀ ਨਹੀਂ ਲੱਗਣਗੀ ਨੇ ਫਿਰ ਆਈ ਗਈਆਂ ਨੀ ਬਰਾਬਰ। ਉਹ ਬਸ ਲਪੜੀ ਲਪੜੀ ਕਿ ਨੋਸ ਐਵੇਂ ਸਿੰਘ ਸਿੰਘ ਭੱਜੀ ਗਿਆ ਨੇ ਤੇ ਜ਼ਾਇਆ ਉਸੀ ਬੱਕਰੀ ਜਾਓ ਜੀ ਅੱਲਾ ਨਵਾਲਾ ਜਾਓ ਚੱਲ ਚੱਲ ਚਾਚਾ ਜਾਈ ਰਹੇ ਜੀ ਵਾਪਸ। ਹੁਣ ਜਨਾਬ ਬੱਕਰੀ ਨੇ ਮਾਲ ਕੇ ਜਨਾਬ ਚਾਚਾ ਮੀਰ ਅਫਜ਼ਲ, ਚਾਚਾ ਕੀ ਹਾਲ ਹੈ? ਠੀਕ ਠਾਕ ਹਾਂ ਆਪਣੀ ਸੁਣਾਓ ਜੀ, ਠੀਕ ਹੋ? ਅੱਲਾ ਦਾ ਸ਼ੁਕਰ ਠੀਕ ਠਾਕ। ਅੱਲਾ ਬੱਕਰੀ ਮਾਸ਼ਾਅੱਲਾ ਜੀ ਤੁਸਾਂ ਨੇ ਬੜੀ ਖੂਬਸੂਰਤ ਹੈ ਤੇ ਇੱਥੋਂ ਪੁੱਜਿਆ ਕਿ ਕੁਰਬਾਨੀ ਦੇ ਸੋ ਤਾਂ ਅੱਲਾ ਤਾਲਾ ਕਬੂਲ ਕਰਿਆ ਸਾਡੀ ਇਹ ਦੁਆ ਹੈ ਤੇ ਇਹ ਬਾਹੋਗੇ ਬੱਕਰੀ ਕਿੱਥੋਂ ਆਉਂਦੀ ਨੇ ਕਿ ਕਿਸ ਤਰ੍ਹਾਂ ਆਉਂਦੀ ਨੇ ਕੋਈ ਕਿਸ ਤਰ੍ਹਾਂ ਤੱਕੀ ਸੀ ਨੇ? ਇਹ ਬੱਕਰੀ ਆਉਂਦੀ ਸੀ ਵਿਸ਼ੀ ਨੇ ਮੁੜਿਆਂ ਕੋਲੋਂ। ਅੱਛਾ, ਇਹ ਲਾਰੀਆਂ ਮੁੜੇ ਨਾਲ ਇਹ ਬੱਕਰੀ ਆਉਂਦੀ ਸੀ 45,000 ਨੇ ਉਸਲੇ। ਅੱਛਾ, ਸਾਲ ਹੋ ਗਿਆ ਆਉਂਦੀਆਂ ਵਾ ਤੇ ਇਸ ਨਾਲ ਤੋਂ ਇੱਕ ਹੋਰ ਵੀ ਬੱਕਰੀ ਨਹੀਂ ਸੀ ਨਾਲ? ਇੱਕ ਹੋਰ ਸੀ ਨਾ, ਉਹ ਮਰੀ ਗਈ ਸੀ। ਅੱਛਾ ਅੱਛਾ, ਉਹ ਮਰੀ ਗਈ ਸੀ, ਉਸਨੇ 8 ਦਿਨ ਬੱਚੇ ਰਹੇ ਸੀ। ਅੱਛਾ, ਤੇ ਉਹ ਬੱਚੇ ਜਿਹੜੇ ਨੇ ਇਸਨੇ ਵੇਚੇ, ਫਿਰ ਮੈਂ 80,000 ਨਾਲ ਜੋੜਾ ਵੇਚਿਆ। ਵਾਹ ਜੀ ਮਾਸ਼ਾਅੱਲਾ। ਤੇ ਇਹ ਪਰਸ ਤੇ ਜਿਹੜੀ ਆ ਡੱਬੀ ਸੀ ਤੇ 21 ਨਾਲ ਹੋਰ ਪਰਸ ਸੀ। ਅੱਛਾ ਅੱਛਾ, ਤੇ 7,000 ਨਾਲ ਜੋੜਾ ਦਿੱਤਾ। ਠੀਕ ਹੈ ਠੀਕ ਹੈ, ਤੇ ਬੱਕਰੀ ਮੁੜੀ ਖਲਤੀ ਕੋਣੀ ਖੜਾ। ਠੀਕ ਹੈ, ਆ ਬੱਕਰੀ ਜਿਹੜੀ ਆ ਫਿਰਨੀ ਦੀ ਫਿਰਨੀ ਦੀ। ਤੇ ਉਹ ਇਹ ਨਸਲ ਕਿਹੜੀ ਆ? ਖਿਦਮਤ ਜਿਹੜੀ ਕੀਤੀ ਨਾ, ਇਹ ਮੈਂ ਗਵਾਇਆ, ਇਹ ਮੈਂ ਗਵਾਇਆ ਜਿਸ ਤਰ੍ਹਾਂ ਆਉਂਦੀਆਂ ਸੀ ਉਸਲਾ ਵੀ ਸਾਲੀਆਂ ਸੀ ਯਾਦ ਨੇ ਨਾ, ਨਾਲ ਇਸਨੇ ਦੁਈਆਂ ਵੀ ਸੇ ਤੇ ਹੁਣ ਜਿਸ ਤਰ੍ਹਾਂ ਮੈਂ ਤੱਕੀ ਦਾ ਨਹੀਂ ਕਸੀ, ਯਕੀਨ ਕਰਸੋ ਬੱਕਰੀ ਪਛਾਣ ਹੀ ਨਹੀਂ ਹੋਣੀ। ਅੱਗੇ ਉੱਥੇ ਬੰਨਾ ਪਰ ਤੱਕੀ ਸੀ, ਉਸ ਤੋਂ ਮੀਣਾ ਹੋ ਗਈ ਆ ਹਮੇਸ਼ਾ ਅੱਗੇ, ਤਾਂ ਮੀਣੇ ਬਾਅਦ ਅੱਜ ਤੱਕ ਆਇਆ ਇਹ ਬੱਕਰੀ ਕਿ ਇਤਨਾ ਫਰਕ ਹੈ ਨਾ ਕਿ ਬਸ ਉਹ ਹੋਣੀ ਹੈ ਖਿਦਮਤ ਪਰ ਹੋਣੀ ਹੈ। ਤੇ ਜਿੱਥੇ ਜਿੱਥੇ ਜੀ ਖੁਰਾਕ ਸਾਂ ਜਿਹੜੀ ਬਣ ਕੇ ਹੈਗਾ, ਖੁਰਾਕ ਬਣੇ ਉਸ ਖੁਰਾਕ ਇਸੀ ਬਣਾ ਆ ਛੋਲਿਆਂ ਨਾਲ ਦਾਲ। ਅੱਛਾ, ਤੇ ਮੱਕਾ ਨਾਲ ਦਾਲ ਤੇ ਜੁਮਾ ਮਾਸ਼ਾਅੱਲਾ। ਹੋਰ ਕਹਿ ਵੈਸ ਬੜੀ ਦਾ ਜਿਨਾ ਰਾਤੀ ਆਪਣੀ ਮਰਜ਼ੀ ਨਾਲ ਖਾਣੀ ਆਪਣੀ ਮਰਜ਼ੀ ਨਾਲ ਛੋਣੀ। ਠੀਕ ਹੈ, ਖਿਦਮਤ ਵੀ ਪਤਾ ਖਿਦਮਤ ਹੈਗਾ ਤੁਸਾਂ ਬਸ ਤੁਹਾਨੂੰ ਕਹਿ ਬਸ ਹੈ ਹਕੀਕਤ ਗੱਲ ਹੈ। ਹੁਣ ਜਾਓ ਕਿ ਨਹੀਂ ਜਾਓ ਤੂੰ ਪੈਸਾ ਜਾਓ ਅੱਲਾ ਨਾਲ ਤੁਰਨੀ ਵੀ ਨਹੀਂ ਰਹਿ ਪੂਰਾ ਜਿਹੜਾ ਹੀ ਗਿਆ ਪਿੱਛਾ ਆਪੂ ਕਿਰੀ ਜਾ ਸਕਿਆ ਜਿਹੜੇ ਕਹੀਂ ਜਾਓ ਜਿਹੜਾ ਕਿ ਨਾਲ ਨਾ ਸਰ ਜੀ ਜਾਓ ਜਾਓ ਤੁਸਾਂ ਵੀ ਜਾਓ 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 ਚਾਚੇ ਨਾਲ
ਇਹਦੇ ਕਿ ਉਸਤਾਦ ਲਾਇਆ ਉਹਨੇ ਸਿਰਾ ਬੱਕਰੀ ਬੜੀ, ਇਹਦੋਂ ਸਿਕਲੇ ਟੰਗੇ ਵੇ ਸਰ, ਇਹਦੇ ਕੀ ਨੇ ਸਿਕਲੇ ਟੰਗੇ ਸਿਰਾ ਪਰ। ਇਹ ਬੂਜੀ ਨੇ ਜੀ ਤੁਸਾਂ ਚਾਚੇ ਨੇ ਗੱਲ ਮਾਸ਼ਾਅੱਲਾ ਤੁਸਾਂ ਸਾਰੀ ਬਾਈ ਨੇ ਕਿ ਕਿਸ ਤਰ੍ਹਾਂ ਬੱਕਰੀ ਆਉਂਦੀ, ਕਿਆ ਖਿਦਮਤ ਮੈਂ ਕਰੀ ਹਾਂ। ਇਹ ਜਨਾਬ ਇਹ ਦੇਸਨ ਕੁਰਬਾਨੀ ਇਸ ਬੱਕਰੀ ਦੀ, ਤਾਂ ਮੀ ਗਾਣੇ ਸੀ ਕੋਈ ਵੀਡੀਓ ਥੋੜ੍ਹੀ ਜਿਹੀ ਫੋਟੋ ਚੁੱਕੀਆਂ ਇਸ ਨੇ, ਯਾਦਗਾਰ ਹੀ ਰਹਿਣੀ। ਮੈਂ ਚਲੋ ਤਾਂ ਇੱਧਰ ਫਿਰਨੇ ਤਾਂ ਸ਼ਨੇ ਹੋਣੇ ਡੇਲੀ। ਸਹੀ ਹੈ, ਬਸ ਫੇਰੀ ਉੱਠ ਠੀਕ ਹੈ। ਬਸ ਠੀਕ ਹੈ, ਬਣੀ ਉੱਠ ਨਾ, ਠੀਕ ਹੈ ਨਾ। ਮਾਸ਼ਾਅੱਲਾ ਜੀ ਬੱਕਰੇ ਚੈੱਕ ਕਰੋ ਜੀ, ਸਿਆਹ ਵਿੱਚ ਆਏ ਗਏ। ਹੋਲੋ ਜੀ, ਇਹ ਕਿਹੜਾ ਰਾਜਨਪੁਰੀ ਹੈ? ਇਹ ਜੀ ਰਾਜਨਪੁਰੀ ਨਸਲ ਜਨਾਬ, ਮੌਲਵੀ ਰਾਣੇ ਜੀ ਰਾਜਨਪੁਰੀ ਨਸਲ ਹੈ ਜਨਾਬ। ਇਸ ਬੱਕਰੇ ਨੂੰ ਮੰਗਣੇ ਜਨਾਬ 80,000 ਰੁਪਇਆ, ਚੈੱਕ ਕਰੋ। ਇਹ ਬਾਕੀ ਵੀ ਹੈ ਇਹਨੂੰ, ਇਹ ਤਾਂ ਕੁਝ ਤੇ ਬੈੜਾ ਵੀ ਜਾਈ ਰਿਹਾ। ਇੱਧਰ ਛਤਰੀ ਛਤਰੀ ਲੱਗੀ ਵੀ ਹੈ ਜੀ ਜਨਾਬ, ਛਾਵਾਂ ਵਾਸਤੇ। ਬੈੜੇ ਵੀ ਬਦੇ ਪਏ ਵੀ ਤੁਸੀਂ ਦੱਸਾਂ ਇਨਸ਼ਾਅੱਲਾ, ਚੈੱਕ ਕਰੋ। ਇਹ ਚੈੱਕ ਕਰੋ ਬੈੜਾ, ਇੱਕ ਠੀਕ ਹੈ ਜੀ। ਇਸ ਤੋਂ ਇਲਾਵਾ ਜਨਾਬ ਇਹ ਇੱਕ ਬੈੜਾ ਬਦਿਆ, ਕਹਿ ਬਦਿਆ ਜਨਾਬ, ਇੱਕ ਬੈੜਾ ਦਿਖਾ ਜਨਾਬ, ਹੌਲੇ ਹੌਲੇ ਬੈੜੇ ਜਨਾਬ, ਤੱਕੋ ਸੋਹਣੇ ਬੋਲ ਬੈੜੇ, ਠੀਕ ਹੈ ਜੀ। ਇਹ ਚੈੱਕ ਕਰੋ ਬੈੜਾ, ਓਏ ਉਸ ਬੱਕਰੇ ਨੂੰ ਕਿਆ ਸੀਨ ਹੈ, ਕਰਨ ਹੈ ਬੇਚਨੇ ਰੱਖਿਆ ਆਪਣੇ ਘਰ ਦੇਸੋ ਆਲਾ ਲਾ। ਇੱਕ ਬੈੜਾ ਇਹ ਚੈੱਕ ਕਰੋ ਜੀ, ਇਹ ਸੋਹਣਾ ਬੈੜਾ ਨੇ ਜੀ, ਤੂਰਾ ਲੇਟਾ ਤੂਰਾ, ਇੱਕ ਕਾਲਾ ਹੈ ਬੱਦੇ ਆ, ਬਾਕੀ ਦੋ ਉੱਪਰ ਬੱਦੇ ਹੋਏ ਜਿਸ ਨੂੰ ਦੱਸਾਂ। ਇਹ ਬੱਕਰਾ ਚਿੱਟਾ ਜੀ ਮੌਲਵੀ ਰਹੇ ਨੇ, ਇਹ ਕਾਰ ਕੁਰਬਾਨੀ ਦੀ ਸਲ, ਚੈੱਕ ਕਰੋ ਬੱਕਰਾ ਮਾਸ਼ਾਅੱਲਾ ਚਿੱਟਾ, ਸੋਹਣਾ ਬੱਕਰਾ ਜੀ ਮਾਸ਼ਾਅੱਲਾ ਜੀ। ਯਕੀਨ ਕਸੋ ਇਹਨਾਂ ਬੱਕਰੇ ਨੇ ਕੀਮਤ ਬੜੀ ਬੜੀ ਹੋਣੀ, ਇਹਨਾਂ ਨੇ 80,000 90,000। ਬਾਕੀ ਇੱਧਰ ਜੀ ਛਤਰੀ ਲਾਈ ਰਿਹਾ ਤੱਕੋ, ਇਹ ਕਾਂ ਬਾਹਰ ਰੌਲਾ ਪਾਇਆ ਵਾ, ਠੀਕ ਹੈ। ਇੱਕ ਬੈੜਾ ਇਹ ਬੱਦਾ ਵਾ ਜਨਾਬ, ਇਹ ਬੈੜਾ ਕਿੰਦਾ ਜੀ ਸਾਡੇ ਚਾਚੇ ਰਾਂ ਕਿੰਦਾ ਬੈੜਾ, ਇਹ ਵੀ ਮੈਂ ਚਲੋ ਸੰਗੀ ਦੱਸੀ ਉੜਾ, ਅਸੀਂ ਠਾਲਦੇ ਹਾਂ ਅਸੀਂ ਤੁਸੀਂ ਕੀ ਸੁਣੀ ਵੀਡੀਓ ਦੱਸ ਰਹੇ ਹਾਂ। ਚੈੱਕ ਕਰੋ ਬੈੜਾ ਇਹ ਮਾਸ਼ਾਅੱਲਾ, ਚੰਗਾ ਬੇੜਾ ਨਹੀਂ।
ਜਿਹੜਾ ਇਸ ਲਈ ਸਾਰਿਆਂ ਕੋਲ ਤਕੜਾ ਹੀ ਹੈ ਮੇਰੇ ਸ਼ੱਕ ਹੈ ਜਿਹੜਾ ਇਹ ਬੰਦਾ ਵਾ ਫਿਲਹਾਲ। ਦੋਸਤੋ ਤੁਹਾਨੂੰ ਬੁਝਿਆ ਸੀ ਜੀ ਇੰਟਰਵਿਊ ਚਾਚੇ ਮੀਰ ਅਫਜ਼ੱਲਾ, ਠੀਕ ਹੈ। ਬਾਅਦ ਅਸਾਂ ਸਿਆਹ ਗਏ ਨਹੀਂ ਕਦੇ ਕਲਿੱਪ ਪਾਇਆ, ਬੈੜਾ ਕੋਈ ਤੱਕਣਾ ਸੀ ਕੋ ਨਹੀਂ ਕੋਈ ਰੇਂਜ 'ਚ। ਅਤੇ ਹੁਣ ਜਨਾਬ ਇਹ ਲੱਗੇ ਆ, ਠੀਕ ਹੈ, ਇਸੀ ਕੱਪੜੇ 'ਚ ਪਲੇਟਿਆ ਵਾ ਤਾਂ ਫਿਰ ਛਾਪਰਾ ਬਾਈ ਹੁਣ ਜੁਲਿਆ ਲਸਾ ਤਾਂ ਇਸਕੀ ਲਵਾਸਾਂ, ਕਿਉਂਕਿ ਜਿੱਦੂ ਨਾ ਕਿੰਦਾ ਵਾ ਨਾ ਇਸਕੀ ਅਜੇ ਦੀਆਂ ਲਵਾਇਆ ਕੋਲ। ਅਤੇ ਕੰਮ ਤੋਂ ਕੰਮ ਵੀ ਇਸਕੀ ਜਨਾਬ 8 ਤੋਂ 9 ਸਾਲ ਹੋਏ ਗਏ ਇਸ ਟੋਕੇ ਕੀ, 10 ਟੋਕੇ ਕੀ ਅਸੀਂ ਲਵਾਇਆ। ਅਤੇ ਹੁਣ ਇਸਨੇ ਕਿਉਂਕਿ ਦੰਦੇ ਥੋੜ੍ਹੇ ਜਿਹੇ ਡੈਮੇਜ ਹੈ ਅਤੇ ਟੋਕਾ ਵੀ ਬੜਾ ਜ਼ਬਰਦਸਤ ਹੈ, ਟਸਕੇ ਨਾਲ ਟੋਕਾ ਆਇਆ ਜਨਾਬ। ਇਸਕੀ ਜਨਾਬ ਹੁਣ ਜਿਹੜਾ ਹੈ ਨਾ ਜਿਹੜੀਆਂ ਲੱਸਾਂ ਲਵਾਉਣੇ ਤਾਂ ਉਹ ਵੀ ਥੋੜ੍ਹਾ ਜਿਹਾ ਕਲਿੱਪ ਸਕੀ ਇਨਸ਼ਾਅੱਲਾ ਦੱਸਾਂ, ਠੀਕ ਹੈ। ਤੁਸੀਂ ਪਤਾ ਹੈ ਕਿ ਅੱਜ ਕੱਲ੍ਹ ਦਿਹਾੜਾ ਇਕੱਲਾ ਨਾ ਰਹੀ ਗਿਆ ਤਾਂ ਟੋਕੇ ਛੁਰੀਆਂ ਵੀ ਤੇਜ਼ ਨਾ ਵਹਿਣ ਦਾ ਫਿਰ ਕੰਮ ਖਰਾਬ ਹੋ ਜਾਂਦਾ। ਹੁਣ ਜੁਲੇ ਆਓ ਫਿਰ ਗਿਆ ਜੀ ਪੋਠਾ ਬੰਗਸ਼ ਨੇ ਵਿਊ ਪੁਆਇੰਟ ਪਰ, ਤਾਂ ਗਰਮੀ ਜਿਹੜੇ ਬਹੁਤ ਜ਼ੋਰ ਪਕੜਿਆ ਵਾ ਤਾਂ ਮੈਂ ਇੱਥੇ ਸਤੂਆਂ ਨਾਲ ਸ਼ਰਬਤ ਜਨਾਬ ਲਾਜ਼ਮੀ ਚੱਲਾਂ ਇੱਥੇ। ਤਾਂ ਲੈ ਤੱਕੀ ਥੱਕਣੇ ਮਾਸ਼ਾ ਅੱਲਾ ਚਾਚਾ ਬਣਾਉਣੇ ਪਏ, ਮੈਂ ਹਰ ਵਾਰੀ ਵੀਡੀਓ ਨੇ ਬਣਾਉਣਾ ਆਇਆ। ਅੱਜ ਮੈਂ ਇੱਕ ਠੱਡਾ ਅਤੇ ਸ਼ਰਬਤ ਬਣਾਓ ਸਤੂਆਂ ਨਾਲ। ਜੀ ਚਾਚੇ ਰਾਠੀ ਆ ਠਿਕਾਣਾ, ਤੱਕੀ ਸਕਣੇ ਹੋ ਪਾਣੀ ਨਹੀਂ ਤਲਕ ਜੀ, ਬੈਡ ਨਿਊਜ਼ ਹੈ ਪਾਣੀ ਸਾਡਾ ਲੈਣਾ ਪਿਆ ਜਨਾਬ, ਪਲੀਰਾਂ ਨਹੀਂ ਟੱਕੀ ਵੀ ਨਜ਼ਰ ਆਈ ਗਈ ਹੈ ਉਹ ਸੰਗ ਮੈਂ ਦੱਸਾਂ। ਇਹ ਜੀ ਜਨਾਬ ਸਾਰਾ ਸਤੋਂ ਨਾ ਸ਼ਰਬਤ ਜਨਾਬ। ਹੁਣ ਤੁਸਾਂ ਕੋਲ ਕਿਸਾਂ ਇਜਾਜ਼ਤ, ਤਾਂ ਬਾਏ ਵੀਡੀਓ ਤੁਸੀਂ ਕੈਸੀ ਲੱਗੀ ਮਿਗ ਦਿਓ ਇਜਾਜ਼ਤ, ਹੁਣ ਅੱਲਾ ਸੁਣਨ ਵਾਲਾ ਮਿਲਸਾਂ ਨੈਕਸਟ ਵੀਡੀਓ ਵਿੱਚ।